जी असलकम वाला बरका उम्मीद करता हूँ कि तमाम दोस्त ठीक हो सौ और इन शजीज़ तमाम दिमालदारी फिट हो सी तो पाकिस्तान वो मुल्क है जिस बकरी दिया ढेर सारिया ढेर सारिया किस्म पाई गई हर किस्म की बकरी दि हर अनवाह की बकरी के बिच्च वन पवनिया अल्लाह पाक ने खूबियां रखिया ने ਤੇ ਅੱਜ ਇਸ ਮੈਂ ਬੱਕਰੀ ਦੀ ਗੱਲ ਕਰਨ ਲਗਾ ਉਹ ਬਲਵਾਲ ਬੀਤਲ ਪਟਵਾਰੀ ਬੀਤਲ ਦੇ ਨਾਂ ਤੋਂ ਮਸ਼ਹੂਰ ਹੈ ਪਾਕਿਸਤਾਨ ਦੀ ਇਸ ਵਕਤ ਟਾਪ ਕਲਾਸ ਦੀ ਬੱਕਰੀ ਹੈ ਵੈਸੇ ਤੇ ਕਮੋਰੀ ਬੱਕਰੀ ਕਰਾਚੀ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਸਿੰਧੀ ਮਸ਼ਹੂਰ ਬਰੀਡ ਹੈ ਗੁਲਾਬੀ ਮਸ਼ਹੂਰ ਬਰੀਡ ਹੈ ਉਸ ਤੋਂ ਇਲਾਵਾ ਵੀ ਅਮਰਸਰੀ ਠੀਕ ਹੈ ਅੱਛੀ ਬਰੀਡ ਹੈ ਮਤਲਬ ਇਹ ਬੀਤਲ ਦੇ ਵਿੱਚ ਆਉਂਦੀਆਂ ਟੇਡੀ ਦੇ ਵਿੱਚ ਨਹੀਂ ਆਉਂਦੀਆਂ ਟੈਡੀ ਦੇ ਕਾ ਆਪਣਾ ਮਕਾਮ ਹੈ ਕ ਆਪਣੀ ਉਦੀ ਮਤਲਬ ਹੈ ਸਿਸਟਮ ਠੀਕ ਹੈ ਮਤਲਬ ਦੁੱਧ ਦਾ ਜਾਂ ਗੋਸ਼ਟ ਦਾ ਜਾਂ ਬੱਚਿਆਂ ਦੇ ਲਿਆਰ ਨਾਲ ਟੈਡੀ ਬੱਕਰੀ ਦੀ ਅਲੈਦਾ ਫਾਦੀਅਤ ਤੇ ਬੀਤਲ ਬੱਕਰੀ ਦੀ ਅਲਤ ਹੈ ਬੀਤਲ ਬੱਕਰੀ ਦੇ ਬਾਰੇ ਮਸ਼ਹੂਰ ਹੈ ਕਿ ਇਹ ਸਾਲ ਦੇ ਵਿੱਚ ਇੱਕ ਸੂਲ ਆਂਦੀ ਔਰ ਜ਼ਿਆਦਾਤਰ ਇਹ ਵੀ ਆਖਿਆ ਜਾਂਦਾ ਭਾਈ ਇੱਕ ਹੀ ਬੱਚਾ ਵੀ ਦਿੰਦੀ ਜਦਕਿ ਇਹ ਗੱਲ ਬਿਲਕੁਲ ਗਲਤ ਹੈ ਬੀਤਲ ਬકરી ਨੂੰ ਅਗਰ ਸੰਭਾਲਣ ਵਾਲਾ ਬੰਦਾ ਹੋਵੇ ਤੇ ਸਾਲੇ 2 ਸੁਵੇ ਵੀ ਲਾਵਾਂਦੀ ਔਰ ਬੱਚੇ ਵੀ ਤਰਾਤਰਾਵੇ ਆਰਾਮ ਨਾਲ ਦੇ ਵਾਂਦੀ ਦੋ ਵੀ ਦੇ ਵਾਂਦੀ ਤਰੇ ਵੀ ਦੇ ਵਾਂਦੀ ਬકરી ਜਿਉਂ ਜਿਉਂ ਏਜ ਵਾਈਜ਼ ਹੁੰਦੀ ਏ ਮਤਲਬ ਉਹਦੀ ਏਜ ਜ਼ਿਆਦਾ ਹੋ ਜਾਂਦੀ ਏ ਠੀਕ ਏ ਉਹਦੇ ਪੇਟ ਦੇ ਵਿੱਚ ਬੱਚੇ ਜਿੰਨੇ ਜ਼ਿਆਦਾ ਆ ਸਕਦੇ ਨੇ ਉਸ ਦੇ ਹਿਸਾਬ ਨਾਲ ਜਾਂ ਕੁਦਰਤ ਪੈਦਾ ਕਰਨੇ ਵਾਲੀ ਏ ਉਹ 1 ਬੱਚਾ ਪੈਦਾ ਕਰਦੇ 2 ਕਰਦੇ 3 ਕਰਦੇ ਇਹ ਜਨਵਰ ਨੂੰ ਜਿੰਨਾ ਇਨਸਾਨ ਸਾਂਭਦਾ ਹੈ ਜਿੰਨੀ ਜਨਵਰ ਦੀ ਇਨਸਾਨ ਕੇਅਰ ਕਰਦਾ ਹੈ ਉਸ ਹਿਸਾਬ ਨਾਲ ਉਹ ਜਨਵਰ ਇਨਸਾਨ ਨੂੰ ਪ੍ਰਾਫਿਟ ਦਿੰਦੇ ਤੇ ਪਾਕਿਸਤਾਨ ਦੇ ਵਿੱਚ ਔਰ ਕਸ਼ਮੀਰ ਦੇ ਵਿੱਚ ਹਸ ਵਕਤ ਟਾਪ ਕਲਾਸ ਦੀ ਬੱਕਰੀ ਔਰ ਟਾਪ ਕਲਾਸ ਦਾ ਮੈਸਮਝਦਾ ਸ਼ੋਅ ਹੈ ਉਹ ਬਲਵਾਲ ਬੀਤਲ ਪਟਵਾਰੀ ਬੱਕਰੀ ਦੇ ਸ਼ੋਅ ਹੈ ਆ ਜਿਹੜੀਆਂ ਸਾਹਮਣੇ ਬੱਕਰੀਆਂ ਕੁਝ ਵੱਧੀਆਂ ਨੇ ਇਹਨਾਂ ਵਿੱਚ ਖਾਰੀਆਂ ਬਰੀਡ ਵੀ ਸ਼ੇਰੇ ਵਿੱਚ ਆਵਾਂਦੀ ਤੇ ਬਲਵਾਲ ਬਰੀਡ ਇਹਨਾਂ ਨੂੰ ਆਪੇ ਨਖੇੜਾ ਕਰਨਾ ਹਰ ਬੰਦੇ ਦੇ ਵਾਸਤੇ ਰੋਗ ਵੀ ਨਹੀਂ ਕਹੀਂ ਤੇ ਸਿਰਫ ਇਤਨਾ ਦਿਨ ਬਈ ਨਕੋੜੇ ਦਾ ਫਰਕ ਹੈ ਜਾਬ ਕਿ ਨਕੋੜੇ ਤੋਂ ਇਲਾਵਾ ਵੀ ਹੋਰ ਵੀ ਕਾਫੀ ਚੀਜ਼ਾਂ ਕਾਫੀ ਗੈਟਸ ਗੁੰਨ ਜਿਹੜੇ ਨਾਲ-ਨਾਲ ਇਨਸ਼ਾਅੱਲਾ ਮੈਂ ਦੱਸਣੇ ਦੀ ਕੋਸ਼ਿਸ਼ ਕਰਸਾਂ ਤੇ ਆਖ ਸਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਅਗਰ ਗੱਲ ਚੰਗੀ ਲੱਗੇ ਤਾਂ ਵੀਡੀਓ ਚੰਗੀ ਲੱਗੇ ਤੇ ਲਾਈਕ ਦਾ ਬਟਨ ਦਬਾ ਛੱਡਿਆ ਕਰੋ ਠੀਕ ਹੈ ਤਾਂ ਕਿ ਸਾਡੀ ਵੀ ਹੌਸਲਾ ਵਧਾਈ ਹੋ ਵੰਜ ਬਾਈ ਜਾਨ ਬਲਵਾਲ ਬੀਤਲ ਬકરી ਇਸ ਵਕਤ ਲੱਖਾਂ ਰੁਪਈਆ ਵਿੱਚ ਅੱਪੜ ਗਈ ਏ ਢੇਰ ਲੱਖਾਂ ਵਿੱਚ ਮਤਲਬ ਇਹ 5-6 ਲੱਖ ਰੁਪਏ ਤੇ ਕਰ ਬકરી ਦਾ ਰੇਟ ਚੱਲ ਗਿਆ ਇੱਕ ਤਾਂ ਇਹ ਬકરી ਜਿਹੜਾ ਨਾ ਇਸ ਦੇ ਵਿੱਚ ਸਾਰਿਆਂ ਤੋਂ ਵੱਡੀ ਕੁਆਲਿਟੀ ਜਿਹੜੀ ਮੈਂ ਸਮਝਦਾ ਓਏ ਕਿ ਇਹ ਹਰ ਇਲਾਕੇ ਜਾ ਕੇ ਕਾਮਯਾਬ ਹੋ ਗਈ ਇਸ ਬੱਕਰੀ ਦੇ ਵਿੱਚ ਹੈ ਇਮਿਊਨਿਟੀ ਬਹੁਤ ਜ਼ਿਆਦਾ ਹੈ ਇਮਿਊਨਿਟੀ ਤੋਂ ਮਰਾਦ ਹੈ ਕਿ ਦੀ ਅੰਜ ਕਾਠ ਮਤਲਬ ਇਹ ਦੇ ਜਿਸਮਾਨੀ ਖੂਬੀ ਇਸ ਤਰ੍ਹਾਂ ਦੀ ਹੈ ਜਿਹੜੀ ਇਹ ਗਰਮ ਗਰਮ ਇਲਾਕੇ ਵਿੱਚ ਵੀ ਕਾਮਯਾਬ ਹੈ ਔਰ ਸਰਦ ਇਲਾਕੇ ਵਿੱਚ ਵੀ ਕਾਮਯਾਬ ਹੈ ਕਿਉਂਕਿ ਹਰ ਨਸਲ ਦੀ ਬੱਕਰੀ ਹਰ ਜਾਈ ਤੇ ਕਾਮਯਾਬ ਨਹੀਂ ਹੁੰਦੀ ਜਦਕਿ ਬਨਵਾਲ ਬਿੱਤ ਬੱਕਰੀਆਂ ਸੀ ਬੱਕਰੀ ਜਿਹੜੀ ਸਰਦ ਗਰਮ ਇਲਾਕਿਆਂ ਦੇ ਵਿੱਚ ਆਪਣੇ ਆਪ ਨੂੰ ਮਤਲਬ ਮੌਸਮ ਦੇ ਲਿਆਦ ਨਾਲ ਅਡਜਸਟ ਕਰ ਲੈਂਦੀ ਔਰ ਅੱਛੇ ਪਤਵਾਰ ਵੀ ਦਿੰਦੀ ਔਰ ਇਸ ਦਾ ਸਾਰਿਆਂ ਤੋਂ ਵੱਡਾ ਜਿਹੜਾ ਹੁਣ ਕਾਮ ਟ੍ਰੈਂਡ ਚੱਲ ਗਿਆ ਨਾ ਉਹ ਭਈਆ ਮੇਲਨ ਠੀਕ ਹੈ ਇੱਕ ਤੇ ਦੀ ਖੂਬਸੂਰਤੀ ਬਹੁਤ ਜ਼ਿਆਦਾ ਦੂਸਰੀਆਂ ਤਕਰੀਬਨ ਪੰਜਾਬ ਪਾਕਿਸਤਾਨ ਦੇ ਵਿੱਚ ਜਿਤਨੀਆਂ ਵੀ ਬਰੀਡਾਂ ਨਾ ਕੋਈ ਬਰੀਡ ਕੰਨਾਂ ਦੀ وجہ ਤੋਂ ਮਸ਼ਹੂਰ ਹੈ ਸਿਰਫ ਉਹਨਾਂ ਕੋਲ ਕੰਨ ਅੱਛੇ ਨੇ ਕੋਈ ਬਰੀਡ ਨਕੋੜੇ ਦੀ وجہ ਤੋਂ ਥੋੜੀ ਜਿਹੀ ਮਸ਼ਹੂਰ ਹੈ ਔਨ ਕੋਲ ਨ ਕੋੜੇ ਚੇਨ ਕੁਝ ਬਰੀਡ ਜਿਹੜਾ ਉਹ ਰੰਗ ਕਲਰ ਮਤਲਬ ਉਸ ਦੀ وجہ ਤੋਂ ਮਸ਼ਹੂਰ ਹੈ। ਜਦ ਕਿ ਇਸ ਬਰੀਡ ਦੇ ਵਿੱਚ ਰੰਗ ਵੀ ਬਹੁਤ ਪਿਆਰੇ, ਕੰਨ ਵੀ ਬਹੁਤ ਪਿਆਰੇ, ਨਕੋੜੇ ਵੀ ਬਹੁਤ ਪਿਆਰੇ, ਔਰ ਸਿੰਘਾਂ ਦੀ ਸ਼ੇਪ ਬੜੀ ਅੱਛੀ ਹੈ। ਠੀਕ ਹੈ। ਪੂਛਲ ਬੜਾ ਸੋਹਣਾ ਹੈ ਉਸ ਬਾਅਦ ਨਾਲ ਤੰਬੇ ਦਾ ਆਪਣਾ ਇੱਕ ਰੂਪ ਹੈ ਇੱਕ ਜੋ ਬਣੇ। ਉਸ ਤੋਂ ਇਲਾਵਾ ਹਾਈਟ ਐਂਡ ਨ ਬੱਕਰੀਆਂ ਕੋਲ ਬਹੁਤ ਅੱਛੀ ਹੈ। ਲੈਂਥ ਬਹੁਤ اچھی ਏ ਠੀਕ ਏ ਤੇ ਇਹਨਾਂ ਦਾ ਸ਼ੌਕ ਤਕਰੀਬਨ ਹਾਰ ਤਬਕੇ ਦੇ ਲੋਕ ਕਰ ਰਹੇ ਨੇ ਗਰੀਬ ਤੋਂ ਗਰੀਬ ਔਰ ਅਮੀਰ ਤੋਂ ਅਮੀਰ ਜਿਸ ਨੂੰ ਜਿਸ ਬਰੀਡ ਦੀ ਬੱਕਰੀ ਮਤਲਬ ਸੁਖਾਂਦੀ ਹੋ ਲੱਲੰਦੇ ਤੇ ਸ਼ੌਕ ਹੋਣ ਦੀ وجہ ਤੋਂ ਮੇਲੇ ਹੋਣ ਦੀ وجہ ਤੋਂ ਨਮੈਸ਼ ਹੋਣ ਦੀ وجہ ਤੋਂ ਇਸ ਬੱਕਰੀ ਦਾ ਰੇਟ ਅਨਵਾਹ ਸ਼ੌਕੀਨ ਭਰੀ ਆਉਂਦੇ ਨੇ ਤੇ ਅੰਨੇ ਵਾ ਇਹਦੇ ਸ਼ੌਕ ਇਸ ਵਕਤ ਪੰਜਾਬ ਪਾਕਿਸਤਾਨ ਕਸ਼ਮੀਰ ਦੇ ਵਿੱਚ ਕੀਤਾ ਜਾ ਰਿਹਾ ਤੇ ਬੱਕਰੀ ਦਾ ਮੁੱਲ ਜਿਹੜਾ ਉਹ ਭਾਈ ਜਾਨ ਕੁਆਲਟੀ ਦੀ ਵਜ੍ਹਾ ਤੋਂ ਹੈ ਕੋਈ ਇਹ ਨਹੀਂ ਭਾਈ ਉਹਦੇ ਵਿੱਚ ਮਤਲਬ ਇਹ ਕੋਈ ਦੁੱਧ ਬਹੁਤ ਜ਼ਿਆਦਾ ਹੈ ਦੁੱਧ ਦੀ ਵਜ੍ਹਾ ਤੋਂ ਨਹੀਂ ਬੱਕਰੀ ਦੀ ਖੂਬਸੂਰਤੀ ਜਿਹੜੀ ਨਾ ਮਤਲਬ ਉਸ ਦਾ ਸਾਰਾ ਹੈ ਜਿਕਨ ਸਾਲਾਨਾ ਇੱਕ ਮਤਲਬ ਇਹ ਕੋਈ ਆਫ ਬਿਊਟੀ ਮਤਲਬ ਦੁਨੀਆ ਦੇ ਵਰਲਡ ਦੇ ਵਿੱਚ ਮਤਲਬ ਔਰਤਾਂ ਦੀ ਨਮਾਸ਼ ਵੀ ਹੁੰਦੀ ਹੈ ਸਮਝ ਲਓ ਜਾਂ ਕਪੜਿਆਂ ਦੀ ਨਮਾਸ਼ ਹੁੰਦੀ ਹੈ ਇਹ ਜੀ ਇਹਨਾਂ ਦੀ ਵੀ ਬਿਲਕੁਲ ਸੇਮ ਇਸੇ ਤਰ੍ਹਾਂ ਨਮਾਸ਼ ਹੁੰਦੀ ਹੈ ਔਰ ਟਾਪ ਕਲਾਸ ਦੇ ਜਨਵਾਰ ਜਿਹੜਾ ਉਹ ਪਿੰਡ ਦੇ ਵਿੱਚ ਮਤਲਬ ਲਾਈਵ ਆਂਦੇ ਨੇ ਔਰ ਉਹਨਾਂ ਦਾ ਸ਼ੋਅ ਕ عوام ਨੂੰ ਕਰਾਇਆ ਜਾਂਦਾ ਜਿਸ ਨਾਲ ਤੋਂ ਬਹੁਤ ਜ਼ਿਆਦਾ ਆਵਾਮ ਲੁਤਫੰਦੋਜ਼ ਹੁੰਦੀ ਹੈ ते इस बरीड का शौक लाजमी करो बहुत ज़्यादा प्रॉफटेबल ब्रीड है ठीक है तो इस ब्रीड नू तैयार करने काफ ते काफ़ी अरसे लगे ने शिकारियों की मेहनत है तो इस चीज़ के अखदार हैं कि उन्होंने अच्छे रुपये दिते ठीक है उन्होंने इस चीज़ से मेहनत की अच्छी ब्रीड नामे अच्छे ब्रीडर उत्ते क्रॉस कराए ने अच्छी बकरिया क्रॉस कराइया ने ਫਿਰ ਜਾ ਕੇ ਜਿਹੜਾ ਨਾ ਇੱਕ ਚੀਤ ਤੋਂ ਅੱਛੀ ਬਰੀਡ ਤਿਆਰ ਹੋਈਏ ਤੇ ਇਸ ਦੇ ਨਾਲ ਹੀ ਮੈਂ ਆਖ ਸਮਭਈ ਇਸ ਬੱਕਰੀ ਦੀ ਇਹ ਵੀ ਕੁਆਲਟੀ ਹੈ ਕਿ ਇਹ ਬੱਕਰੀ ਜਿਹੜਾ ਨਾ ਪੈਦਾਵਾਰ ਵੀ ਅੱਛੀ ਦਿੰਦੀ ਗੋਸ਼ਟ ਦੇ لحاظ ਨਾਲ ਵੀ ਅੱਛੀ ਖੂਬਸੂਰਤੀ ਦੇ لحاظ ਨਾਲ ਵੀ ਦੀ ਬਹੁਤ ਅੱਛੀ ਤੇ ਨਮੈਸ਼ ਦੇ ਵਾਲੇ ਨਾਲ ਵੀ ਫਿੱਟ ਹੈ ਤੇ ਸਾਰਿਆਂ ਤੋਂ ਵੱਡੀ ਗੱਲ ਹੈ ਕਿ ਇਸ ਬੱਕਰੀ ਮਤਲਬ ਇਹਦੇ ਵਿੱਚ ਸਮਾਨੀ ਕਵਤ ਠੀਕ ਹੈ ਬੜੀ ਅੱਛੀ ਹੈ ਜਿਹੜੀ ਹਰ ਇਲਾਕੇ ਦੇ ਵਿੱਚ ਜਿਹੜਾ ਨਾ ਕਾਮਯਾਬ ਹੋ ਜਾਂਦੀ ਹੈ ਠੀਕ ਹੈ ਤੇ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋ ਸੀ ਜੇ ਵੀਡੀਓ ਚੰਗੀ ਲੱਗੀ ਤੇ ਲਾਜ਼ਮੀ ਲਾਈਕ ਦਾ ਬਟਨ ਆਕਸਰ ਦਬਾ ਦਿੱਤਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤਾ ਕਰੋ ਬਹੁਤ ਸਾਰੀਆਂ ਵੀਡੀਓ ਮੈਂ ਇਸ ਚੈਨਲ ਤੇ ਝਾੜੀਆਂ ਨੇ ਇਸ ਬੱਕਰੀ ਦੇ ਬਾਰੇ ਇਸ ਬੱਕਰੀ ਦੀਆਂ ਬਿਮਾਰੀਆਂ ਦੇ ਬਾਰੇ ਇਸ ਬੱਕਰੀ ਨੂੰ ਅੱਛੇ ਤੋਂ ਅੱਛੇ ਤਰੀਕੇ ਨਾਲ ਪਾਲਣ ਦੇ ਬਾਰੇ ਠੀਕ ਹੈ ਤੇ यह ब्रीडिंग के हवाले नाल खुराक के हवाले नाल बकरे की जड़ा वो अच्छी केयर किस तरह करनी बच्चे की अच्छी केयर किस तरह करनी है ठीक है तकरीबन डिटेल्ड वीडियो है और वो आरिया वीडियो मतलब पेश कितियाँ जड़िया वीडियो मेरे तजर्बे चो गुजरिया और अलहमदुल्लह मेरा इस ब्रीड काम कर दिया काफ़ी अरसे का तजर्बा है ठीक है उस अलावा वैसे भी बकरिया बचपन तू मतलब पालिया ने बकरियों के दे बारे देसी नुस्खे टोटके नाल नाल ही जो मतलब गोलिया टिका बारे भी बड़ी वजाहत कितिया ने नाल सह फिर हसते रहवो हसते रहो